ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਈਲੈਟਸ 7 'ਤੇ। ਲੈ ਕੇ ਆ ਚੁੱਕਿਆਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ। ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਕੈਨੇਡਾ ਸਰਕਾਰ ਵੱਲੋਂ ਜੋ ਨਵੇਂ PR ਦੇ ਲੈ ਕੇ ਅਲਬਰਟਾ ਵਿੱਚ ਰੂਲ ਆਏ ਨੇ ਉਹਨਾਂ ਬਾਰੇ ਗੱਲ ਕਰਾਂਗੇ, ਅਤੇ ਵੀਡੀਓ ਕਾਫੀ ਇੰਪੋਰਟੈਂਟ ਹੈ, ਲਾਸਟ ਤੱਕ ਜ਼ਰੂਰ ਦੇਖਣਾ। ਜੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤਾਂ ਬਿਨਾਂ ਤੁਹਾਡਾ ਸਮਾਂ ਬਰਬਾਦ ਕੀਤੇ ਚਲੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਅਲਬਰਟਾ ਵੱਲੋਂ ਇੱਕ ਜੋ ਸਾਂਝਾ ਕੀਤਾ ਗਿਆ ਹੈ, ਅੰਕੜੇ ਸ਼ੇਅਰ ਕੀਤੇ ਗਏ ਹਨ, ਜਿਸ ਵਿੱਚ ਉਹਨਾਂ ਨੂੰ 9750 ਐਪਲੀਕੇਸ਼ਨ ਰਿਸੀਵ ਹੋਈਆਂ ਨੇ PNP ਪ੍ਰੋਗਰਾਮ ਦੀਆਂ ਜੋ 9750 ਐਪਲੀਕੇਸ਼ਨ ਰਿਸੀਵ ਹੋਈਆਂ ਨੇ ਫੈਡਰਲ ਗੌਰਮੈਂਟ ਦੇ ਦੁਆਰਾ 2024 ਵਿੱਚ। ਤਾਂ ਇਸ ਨੂੰ ਯੂਟੀਲਾਈਜ਼ ਕਰਨ ਲਈ ਪ੍ਰੋਪਰਲੀ ਉਹਨਾਂ ਨੇ ਕੀ ਕਿਹਾ ਹੈ ਕਿ ਉਹ ਮਾਰਕੀਟ ਡਿਮਾਂਡਸ ਨੇ ਜੋ ਅਲਾਈਨ ਕਰਦੇ, ਜੋ ਮਾਰਕੀਟ ਡਿਮਾਂਡ ਨਾਲ ਜੁੜਦੀਆਂ ਨੇ, ਉਹਨਾਂ ਨੇ ਸੋਚਿਆ ਹੈ ਕਿ ਜੋ ਉਹਨਾਂ ਨੂੰ ਜਿਹੜੇ ਵੀ ਖੇਤਰਾਂ ਵਿੱਚ ਉਹਨਾਂ ਨੂੰ ਜ਼ਰੂਰਤ ਹੋਵੇ ਕਾਮਿਆਂ ਦੀ, ਤਾਂ ਉਹ ਉਹਨਾਂ ਨੇ ਕੁਛ ਤਰੀਕਾਂ ਕੱਢੀਆਂ ਨੇਗੀਆਂ, ਤਾਂ ਉਹਨਾਂ ਤਰੀਕਾਂ ਨੂੰ ਹੀ ਉਹ ਐਪਲੀਕੇਸ਼ਨ ਨੂੰ ਐਕਸੈਪਟ ਕਰਿਆ ਕਰਨਗੇ ਹਰੇਕ ਮਹੀਨੇ। ਤਾਂ ਜੁਲਾਈ ਵਿੱਚ 11 ਜੁਲਾਈ, 9 ਜੁਲਾਈ, ਅਗਸਤ ਵਿੱਚ 13 ਅਗਸਤ, ਸਤੰਬਰ ਵਿੱਚ 10 ਸਤੰਬਰ, ਅਕਤੂਬਰ ਵਿੱਚ 8 ਤਰੀਕ, 8 ਅਕਤੂਬਰ, ਨਵੰਬਰ ਵਿੱਚ 5 ਨਵੰਬਰ ਨੂੰ, ਅਤੇ ਦਸੰਬਰ ਵਿੱਚ 10 ਦਸੰਬਰ ਨੂੰ ਉਹਨਾਂ ਨੇ ਜੋ ਹੈ ਉਹ ਐਪਲੀਕੇਸ਼ਨਾਂ ਰਿਸੀਵ ਕਰਿਆ ਕਰਨਗੇ, ਜੋ PNP ਪ੍ਰੋਗਰਾਮ ਦੌਰਾਨ PR ਲਈ ਐਪਲੀਕੇਸ਼ਨਾਂ ਜੋ ਲੋਕ ਅਪਲਾਈ ਕਰਦੇ ਨੇ। ਤਾਂ ਇਹਨਾਂ ਨਾਲ ਕੀ ਹੋਵੇਗਾ ਕਿ ਜਿਨ੍ਹਾਂ ਓਕੂਪੇਸ਼ਨਾਂ ਵਿੱਚ ਉਹਨਾਂ ਨੂੰ ਲੋਕਾਂ ਦੀ ਜ਼ਰੂਰਤ ਹੈ, ਤਾਂ ਉਹਨਾਂ ਓਕੂਪੇਸ਼ਨਾਂ ਵਿੱਚ ਉਹ ਲੋਕਾਂ ਨੂੰ PR ਕਰਿਆ ਕਰਨਗੇ, ਅਤੇ ਉਹਨਾਂ ਨਾਲ ਕੀ ਹੈ, ਨਾਲ ਤਾਂ ਲੋਕਾਂ ਨੂੰ ਬੈਨੀਫਿਟ ਹੋ ਗਿਆ ਅਤੇ ਸਰਕਾਰ ਨੂੰ ਵੀ ਬੈਨੀਫਿਟ ਹੋ ਗਿਆ ਇਸ ਦਾ। ਤਾਂ ਇਹ ਜੋ ਹੈ ਸਾਂਝਾ ਕੀਤਾ ਗਿਆ ਅਲਬਰਟਾ ਨੂੰ ਨੇ, ਸਰਕਾਰ ਨੇ ਇਹ ਅੰਕੜਾ ਸ਼ੇਅਰ ਕੀਤਾ ਹੈ ਲੋਕਾਂ ਦੇ ਨਾਲ ਜੋ ਉਹਨਾਂ ਨੂੰ ਐਪਲੀਕੇਸ਼ਨਾਂ ਫੈਡਰਲ ਗੌਰਮੈਂਟ ਵੱਲੋਂ ਰਿਸੀਵ ਹੋਈਆਂ ਨੇਗੀਆਂ। ਤਾਂ ਇਹ ਸੀ ਅੱਜ ਦੀ ਖਬਰ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਕਿ ਹੋਰਾਂ ਨੂੰ ਵੀ ਇਸ ਇਨਫੋਰਮੇਸ਼ਨ ਬਾਰੇ ਪਤਾ ਚੱਲ ਸਕੇ। ਚੈਨਲ 'ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤਾਂ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਧੰਨਵਾਦ।